इस पवित्र धरती दे उत्ते आके फिर अपनी आत्मा की आवाज नूं दोहराना चाहना, अगे वधाना चाहना, क्योंकि यह गुरुआं पीरां दी पवित्र धरती है। इस करके इत्थों आत्मा की आवाज ही दिलां च कर कर सकदा। मैं अपनी टॉप प्रायोरिटी कल भी कहा सी, अज फिर दोहरा रहा, संयुक्त किसान मोर्चे की जित नूं समझदा। अज दा नहीं, मैं पिछले एक साल तो इस मोर्चे नूं पवित्र कहिंदा आया। उहदे कारण ਇਹ ਮੋਰਚਾ ਮੇਰੇ ਲਈ ਪਵਿੱਤਰ ਇਸ ਕਰਕੇ ਹੈ ਕਿ ਇਹ ਸਾਡੇ ਪ੍ਰੀਐਂਬਲ ਕਨਸਟੀਟਿਊਸ਼ਨ ਦਾ ਪ੍ਰੀਐਂਬਲ ਜਿਹੜਾ ਦਿਲ ਹੈ, ਇਹ ਉਹਦੀ ਧੜਕਣ ਨੂੰ ਆਪਦੀ ਧੜਕਣ ਬਣਾਈ ਬੈਠੀ। ਇਹ ਕਨਸਟੀਟਿਊਸ਼ਨ ਦੀ ਸਪਿਰਿਟ ਦੀ ਆਵਾਜ਼ ਬੁਲੰਦ ਕਰ ਰਹੀ ਹੈ, ਉਹਦੇ ਜਜ਼ਬੇ ਨੂੰ ਤਗੜਿਆਂ ਕਰ ਰਹੀ ਹੈ। ਅੰਬੇਡਕਰ ਸਾਹਿਬ ਦੀ ਫਰਟਰਨਿਟੀ ਵੱਖ ਵੱਖ ਜਾਤਾਂ, ਵੱਖ ਵੱਖ ਭਾਸ਼ਾਵਾਂ, ਵੱਖ ਵੱਖ ਪ੍ਰਾਂਤ, ਇਹ ਸ਼ਾਇਦ ਹੀ ਕਦੇ ਇਕੱਠੇ ਹੋਏ ਹੋਣ ਇੱਕ ਧਾਗੇ ਦੇ ਵਿੱਚ, ਸਭ ਨੂੰ ਪਰੋ ਕੇ ਪਰਿਵਾਰ ਦੀ ਏਕਤਾ ਸਿਰਜਣ ਵਾਲਾ ਹੈ ਕਿਸਾਨ ਮੋਰਚਾ। ਇਸ ਕਰਕੇ ਇਹ ਮੇਰੇ ਲਈ ਕਿਸੇ ਪੁੰਨ ਸਥਲੀ ਤੋਂ ਘੱਟ ਨਹੀਂ। ਕਿਸਾਨ ਮੋਰਚੇ ਦਾ ਹਰ ਬਜ਼ੁਰਗ ਮੇਰੇ ਮਾਂ ਪਿਓ ਸਮਾਨ ਹੈ। ਬਾਈ ਜੀ, ਮੈਂ ਨੰਗੇ ਪੈਰੀ ਇਹਨਾਂ ਕੋਲ ਜਾਊਂ? ਮੇਰਾ, ਕਿਉਂਕਿ ਮੈਂ ਮੰਨਦਾ ਕਿ ਇਹਨਾਂ ਦੀ ਜਿੱਤ ਸਾਡੀ ਜਿੱਤ ਹੈ। 60% ਕਾਂਗਰਸ ਦਾ ਵਰਕਰ ਸਭ ਤੋਂ ਪਹਿਲਾਂ ਮੇਰਾ ਐਂ ਬਾਂਹ ਫੜਦਾ ਔਰ ਕਹਿੰਦਾ, ਬਾਈ ਜੀ ਆਪਾਂ ਇਹ ਹੱਲ ਕਰੀਏ। ਇਸ ਕਰਕੇ ਮੈਂ ਉਹਨਾਂ ਤੋਂ ਸੇਧ ਲੈਣਾ ਚਾਹੁੰਦਾ, ਹਉਮਾ ਸਿੱਟ ਕੇ ਉਹਨਾਂ ਤੋਂ ਆਸ਼ੀਰਵਾਦ ਲੈਣਾ ਚਾਹੁੰਦਾ ਔਰ ਇਹ ਪੁੱਛਣਾ ਚਾਹੁੰਦਾ ਕਿ ਇਹ ਜਿਹੜੀ ਸਾਡੇ ਸਟੇਟ ਦੇ ਤੰਤਰ ਦੀ, ਸਰਕਾਰ ਦੀ ਜਿਹੜੀ ਤਾਕਤ ਹੈ, ਇਹ ਉਹਨਾਂ ਦਾ ਸਭ ਤੋਂ ਵੱਡਾ ਸਹਿਯੋਗ ਕਿਸ ਤਰ੍ਹਾਂ ਕਰ ਸਕਦੇ। ਵੇਖੋ, ਪਿਛਲੇ 25 ਸਾਲਾਂ ਤੋਂ ਵੱਧ ਰਹੀ ਲਾਗਤ, ਘੱਟ ਰਹੀ ਉਪਜ ਤੇ ਘੱਟ ਰਹੀ ਆਮਦਨ ਕਿਸਾਨ ਨੂੰ ਮਜਬੂਰ ਕਰ ਰਹੀ ਹੈ ਇਹ ਅੰਦੋਲਨ ਕਰਨ ਲਈ। ਮੇਰੀ ਇੱਛਾ ਇਹ ਹੈ, ਜਿਹੜੀ ਕਿ ਸਭ ਦੀ ਇੱਛਾ ਹੈ ਸਾਡੀ, ਕਿ ਇਹ ਜਿਹੜੀ ਸਮਾਜਿਕ ਮੂਵਮੈਂਟ ਹੈ, ਇਤਿਹਾਸਿਕ ਇਹ ਜਿਹੜੀ ਸਮਾਜਿਕ ਮੂਵਮੈਂਟ ਹੈ, ਇਹ ਇੱਕ ਆਰਥਿਕ ਤਾਕਤ ਦੇ ਵਿੱਚ ਤਬਦੀਲ ਹੋਵੇ। ਕਿਸਾਨ ਨੂੰ ਇੱਜ਼ਤ ਦੀ ਰੋਟੀ ਮਿਲੇ, ਉਹ ਸਾਡੀ ਪੱਗ ਨੇ। ਸਭ ਤੋਂ ਪਹਿਲਾ ਬੰਦਾ ਸੀ ਜਿਹਨੇ ਕਾਲਾ ਝੰਡਾ ਲਾਇਆ ਸੀ ਆਪਣੇ ਘਰ ਤੇ, ਹਰ ਥਾਂ ਤੇ ਅੱਗੇ ਹੋ ਕੇ, ਪਾਰਟੀਆਂ ਤੋਂ ਉੱਤੇ ਉੱਠ ਕੇ ਮੈਂ ਅੰਦੋਲਨਾਂ 'ਚ ਹਿੱਸਾ ਲਿਆ। ਕਿਉਂ? ਕਿਉਂਕਿ ਮੈਂ ਜਾਣਦਾ ਅਹਿਮੀਅਤ ਇਸ ਕਿਸਾਨ ਮੋਰਚੇ ਦੀ। ਇਹਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਬੁਲਾਉਣਗੇ, ਨੰਗੇ ਪੈਰੀ ਜਾਊਂ, ਆਸ਼ੀਰਵਾਦ ਲਊਂ ਅਤੇ ਇਹ ਉਹਨਾਂ ਤੋਂ ਪੁੱਛੂ ਕਿ ਤੁਸੀਂ ਸੁਝਾਅ ਦਿਓ, ਦੱਸੋ ਸਾਡੇ ਸਟੇਟ ਦੀ ਜਿਹੜੀ ਤਾਕਤ ਹੈ ਉਹ ਇਸ ਕਿਸਾਨ ਮੋਰਚੇ ਦੀ ਤਾਕਤ ਕਿਸ ਤਰੀਕੇ ਨਾਲ ਬਣ ਸਕੇ। ਇੱਕ ਦੂਸਰੀ ਗੱਲ ਦੇ ਉੱਤੇ ਲਾਉਣਾ ਚਾਹੁੰਦਾ, ਸਾਡੀ ਪਾਰਟੀ ਨੇ 18 ਪੁਆਇੰਟ ਏਜੰਡਾ ਦਿੱਤਾ। ਉਹ 18 ਪੁਆਇੰਟ ਏਜੰਡਾ ਲੋਕ ਪੱਖੀ ਹੈ। ਵੀ ਆਰ ਵੈਲਫੇਅਰ ਸਟੇਟ, ਔਰ ਉਹ ਲੋਕਾਂ ਦੀ ਭਲਾਈ, ਲੋਕਾਂ ਦੀ ਵੈਲਫੇਅਰ ਦੇ ਲਈ ਹੀ ਹੈ। ਉਸ ਏਜੰਡੇ, ਕਾਂਗਰਸ ਦੇ ਹਾਈਕਮਾਂਡ ਦੇ ਏਜੰਡੇ ਦਾ ਹਰ MLA, ਹਰ MP, ਮੈਂ ਹਰ ਵਰਕਰ ਪਹਿਰੇਦਾਰ, ਉਹ ਕਰਨਾ ਹੀ ਪੈਣਾ।
और ये पंजाब मॉडल और ये 18 नकाती प्रो पीपल एजेंडा जड़ा है ये साडा अज दा सब तो वड्डा मुद्दा है। गुरु साहब की बेअदबी हर पंजाबी दे आत्मा की आवाज भी न्या हो पूरा पंजाब पुछदा भाई वो वड्डे मगरमच्छ कौन ने जिन्होंने पंजाब की जवानी नू खाण लाया ना दसने पैणगे कोई चारा नहीं करना पड़ा। बिजली सानू कोई लुकाउण दी लोड़ ही नहीं भाई जदों दिल साफ ने अज वर्कर की आवाज बुलंद करनी है तो 18 रुपये दे कॉन्ट्रैक्ट क्यों होण जदों बिजली 2 रुपये की मिलती है जदों पता है कि हर साल बिजली का रेट जिहड़ा हैगा सोलर का वह 20% घट रहा है तो फिर पंजाब 7 रुपये तो 18 रुपये क्यों देवे बिजली नैशनल ग्रिड तो क्यों ना खरीदे। ये सारे सवालों का सानू जवाब देना पो मैथमेटिक्स दे किसी भी सवाल दे गलत उत्तर 1000 हो सकते हैं पर सही उत्तर एक ही है ये जिहड़ा 18 पॉइंट प्रोग्राम और ये पंजाब मॉडल है ये बिल्कुल सही उत्तर है ये सानू देना पऊ सानू इस दिशा वल वधन तो अलावा कोई चारा नहीं और इस पंजाब मॉडल और 18 नकाती एजेंडे दे प्रोग्राम दे अगे कोई गुजरात मॉडल कोई दिल्ली मॉडल खड़ता नहीं टिकता नहीं। यह विनतियां मैं थोनू करनिया सी मैं खुली किताब वांग मेरा हर एक शब्द जड़ा है सोचा समझा हुंदा मैं सिर्फ इको मिशन दे नाल अगे वधना चाहुंदा कि जड़ी पंजाब दे लोकां दे टैक्सां दी ताकत सरकार कोल आउंदी है वो उन्हां लोकां दे कोल वापस जाए। देखो तुसीं टुट पेस ते टैक्स आटे ते टैक्स कोई चीज खरीद लो तो टैक्स होंगे ओ ताकत ओदे कोल द पावर ऑफ द पीपल मस्ट रिटर्न टू द पीपल। सरकारां भी कॉन्स्टिट्यूशन दी स्पिरिट कहिंदी है गवर्नमेंट्स बाय द पीपल ऑफ द पीपल फॉर द पीपल लोकां दी सरकार लोकां दे वास्ते इसे तरीके ओ लोकां कोल वापस जाएगी।